ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਦਵਾਈ ਦਿੰਨੇ ਆ ਮਰੀਜ਼ਾਂ ਨੂੰ ਜਿਹੜੇ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਇੰਗਲਿਸ਼ ਦਵਾਈ ਹੋਮੋਪੈਥਿਕ ਦਵਾਈ ਖਾ ਖਾ ਕੇ ਅੱਕ ਤੇ ਥੱਕ ਚੁੱਕੇ ਨੇ ਬਿਮਾਰੀ ਠੀਕ ਨਹੀਂ ਹੋ ਰਹੀ ਤਾਂ ਜ਼ਰੂਰ ਇੱਕ ਵਾਰ ਪਿੰਡ ਡਸਕੇ ਦੇ ਵਿੱਚ ਹਰ ਐਤਵਾਰ ਨੂੰ ਤੁਸੀਂ ਮਿਲ ਸਕਦੇ ਹੋ ਇਹ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਤਹਿਸੀਲ ਲਹਿਰਾਗਾਗ ਹੈ ਇਹਦੇ ਨੇੜੇ ਸਾਰੇ ਸ਼ਹਿਰ ਨੇ ਬੁਟਲਾਡਾ ਸ਼ਹਿਰ ਵੀ ਇਹਦੇ ਨੇੜੇ ਲੱਗਦਾ ਹੈ ਬਰੇਟਾ ਸ਼ਹਿਰ ਵੀ ਨੇੜੇ ਲੱਗਦਾ ਹੈ ਔਰ ਲੈਰਾਗਾਗਾ ਵੀ ਨੇੜੇ ਲੱਗਦਾ ਸੁਨਾਮ ਸ਼ਹਿਰ ਵੀ ਨੇੜੇ ਲੱਗਦਾ ਸੋ ਵਿੱਚ ਜੇ ਆ ਗਿਆ ਪਿੰਡ ਡਸਕਾ ਪਿੰਡ ਹੈ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਫੋਨ ਇੰਨੇ ਕੋ ਆਉਂਦੇ ਆ ਵੀ ਮੈਂ ਅਟੈਂਡ ਨਹੀਂ ਕਰ ਸਕਦਾ ਉਹਦੀ ਮਾਫੀ ਮੰਗਦਾ ਹੱਥ ਜੋੜ ਕੇ ਸੋ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਦੇ ਹਿੱਸੇਦਾਰ ਨਹੀਂ ਬਣੇ ਉਹ ਜ਼ਰੂਰ ਇੱਕ ਵਾਰੀ ਲਾਲ ਬਟਨ ਦਬਾ ਕੇ ਨਾਲ ਘੰਟੀ ਵਾਲਾ ਬਟਨ ਦਬਾ ਕੇ ਚੈਨਲ ਦੇ ਹਿੱਸੇਦਾਰ ਬਣ ਜਾਓ ਸਾਡੀ ਟੀਮ ਦੇ ਹਿੱਸੇਦਾਰ ਬਣ ਜਾਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤਾਂ ਤੁਸੀਂ ਉਸ ਤੋਂ ਫਾਇਦਾ ਵੀ ਲੈ ਸਕੋ ਅੱਗੇ ਵੀ ਫਾਇਦਾ ਕਰ ਸਕੋ ਬਾਕੀ ਜਿੰਨੇ ਵੀਡੀਓ ਦੇਖਦੇ ਹੋ ਇਹਨਾਂ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਔਰ ਅੱਗੇ WhatsApp ਗਰੁੱਪਾਂ ਦੇ ਵਿੱਚ Facebook ਗਰੁੱਪਾਂ ਦੇ ਵਿੱਚ ਜ਼ਰੂਰ ਅੱਗੇ ਭੇਜ ਦਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕਿਸੇ ਦੁਖੀ ਨੂੰ ਸੁਖੀ ਕਰ ਸਕੀਏ ਆਪਾਂ ਕਿਉਂਕਿ ਦੁਖੀਆਂ ਨੂੰ ਦੁਖੀ ਕਰਨ ਵਾਲੇ ਤੇ ਬਹੁਤ ਨੇ ਦੁਖੀ ਨੂੰ ਸੁਖੀ ਕਰਨ ਨਾਲ ਕੋਈ ਬਿਰਲਾ-ਬਿਰਲਾ ਹੁੰਦਾ ਤੁਰਦੇ ਨੂੰ ਡੇਗਣ ਵਾਲੇ ਬਹੁਤ ਨੇ ਦੁਨੀਆ 'ਚ ਪਰ ਡਿੱਗੇ ਨੂੰ ਤੋੜਨ ਵਾਲਾ ਬਹੁਤ ਘੱਟ ਹੈ ਹੱਸਦਿਆਂ ਨੂੰ ਰਵਾਉਣ ਵਾਲੇ ਤੇ ਬਹੁਤ ਹੁੰਦੇ ਆ ਵੀ ਇਹਨੂੰ ਕਿਵੇਂ ਨਾ ਕਿਵੇਂ ਆਪਾਂ ਦੁਖੀ ਕਰੀਏ ਪਰ ਦੁਖੀ ਨੂੰ ਰੋਂਦੇ ਨੂੰ ਹਸਾਉਣ ਵਾਲੇ ਬਹੁਤ ਘੱਟ ਨੇ ਜਿਹੜੇ ਮਿਹਨਤ ਕਰਦੇ ਆ ਬਾਕੀ ਆਪਣੇ ਸਾਰੀਆਂ ਬਿਮਾਰੀਆਂ ਦੇ ਇਲਾਜ ਕੁਦਰਤ ਵਿੱਚ ਹੈਗੇ ਆ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੇ। ਜੋ ਸਾਰੇ ਬ੍ਰਹਿਮੰਡ ਵਿੱਚ ਕੁਦਰਤ ਵਿੱਚ ਹੈ ਉਹ ਤੇਰੇ ਬੰਦਿਆ ਸ਼ਰੀਰ ਦੇ ਵਿੱਚ। ਸ਼ਰੀਰ ਦੇ ਵਿੱਚ ਕੋਈ ਕਮੀ ਆ ਗਈ ਤਾਂ ਉਹ ਕੁਦਰਤ ਚੋਂ ਪੂਰੀ ਕਰ ਸਕਦਾ ਹੈ। ਕੁਦਰਤ ਦੇ ਵਿੱਚ ਓਤਪੋਤ ਹੈ ਨਾ ਸ਼ਰੀਰ ਤੇ ਕੁਦਰਤ ਓਤਪੋਤ ਨੇ ਇੱਕ ਦੂਜੇ ਨਾਲ ਰਲ ਕੇ ਚੱਲਦੀ ਹੈ। ਤੇ ਕੁਦਰਤ ਦੇ ਨੇੜੇ ਹੋਵੋ ਕੁਦਰਤ ਨਾਲ ਪਿਆਰ ਕਰੋ ਪਾਣੀ ਦੀ ਸੰਭਾਲ ਕਰੋ ਦਰਖਤਾਂ ਦੀ ਸੰਭਾਲ ਕਰੋ ਪ੍ਰਦੂਸ਼ਿਤ ਨਾ ਕਰੋ ਜਿੰਨੀ ਕੁਦਰਤ ਦੀ ਸੰਭਾਲ ਕਰੋਗੇ ਉਹ ਤੁਹਾਡੇ ਸਰੀਰ ਦੀ ਸੰਭਾਲ ਆਟੋਮੈਟਿਕਲੀ ਹੋਈ ਜਾਏਗੀ ਜਿੰਨਾ ਕੁਦਰਤ ਨੂੰ ਵਿਗਾੜੋਗੇ ਸਰੀਰ ਤੁਹਾਡਾ ਆਪਣੇ ਆਪੇ ਖੜਦਾ ਜਾਏਗਾ ਹਨਾ ਜੀ ਤਾਂ ਥੋੜੀ ਜੀ ਕੋਸ਼ਿਸ਼ ਕਰੋ ਹਰ ਪਾਸੇ ਸਮਾਜ ਨੂੰ ਸਾਫ਼ ਸੁਥਰਾ ਬਣਾਉਣ ਦੀ ਤੰਦਰੁਸਤ ਬਣਾਉਣ ਦੀ ਆਪ ਤੰਦਰੁਸਤ ਹੋ ਹੋਰਾਂ ਨੂੰ ਅੱਗੇ ਤੰਦਰੁਸਤ ਕਰੋ ਸੋ ਬਹੁਤ ਬਹੁਤ ਧੰਨਵਾਦ ਜਿਨੇ ਵਿਦੇਸ਼ਾਂ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਆ ਜਿਨੇ ਇੱਥੇ ਇੰਡੀਆ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਆ ਜੋ ਇਹਨਾਂ ਵੀਡੀਓ ਨੂੰ ਅੱਗੇ ਸੈਂਡ ਕਰਦੇ ਆ WhatsApp ਤੇ Facebookਾਂ ਤੇ ਅੱਗੇ ਦੱਸਦੇ ਆ ਸਾਡੇ ਬਾਰੇ ਤਾਂ ਬਹੁਤ ਬਹੁਤ ਧੰਨਵਾਦ ਉਹਨਾਂ ਸਾਰੇ ਵੀਰਾਂ ਦਾ ਜਿਹੜੇ ਮਿਹਨਤ ਕਰਦੇ ਆ ਹਨਾ ਜਿਸ ਟਾਈਮ ਕੱਢ ਕੇ ਸੋ ਬਾਕੀ ਬਾਹਰਲੇ ਦੇਸ਼ਾਂ ਵਾਲੇ ਤਾਂ ਵੀ ਜੁੜ ਕੇ ਮਾਫੀ ਮੰਗਦੇ ਆ ਫੋਨ ਅਟੈਂਡ ਨਹੀਂ ਕਰ ਸਕਦਾ ਮੈਂ ਇਹਨੇ हां ਆਪਾਂ ਪਿੰਡ ਡਸਕੇ ਦੇ ਵਿੱਚ ਹਰ ਐਤਵਾਰ ਨੂੰ ਮਿਲਦੇ ਆ ਮੈਂ ਮਿਲਦਾ ਹੀ ਮਿਲਦਾ ਜਿੰਨੇ ਮਰਜੀ ਮਰੀਜ਼ ਆ ਜਾਣ ਸਾਰਿਆਂ ਨੂੰ ਐਤਵਾਰ ਸੋ ਆਪ ਜੀ ਮਿਲ ਕੇ ਨਬਜ਼ ਦਿਖਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਜਿਹੜਾ ਮੈਂ ਨੁਕਸਾ ਤੁਹਾਡੀ ਝੋਲੀ ਦੇ ਵਿੱਚ ਮਹਾਪੁਰਸ਼ਾਂ ਦਾ ਪਾਉਣ ਲੱਗਿਆ ਉਹ ਬਿਮਾਰੀ ਦੇ ਨਾਲ ਪੀੜਿਤ ਨੇ ਹਜ਼ਾਰਾਂ ਨਹੀਂ ਮੈਂ ਕਹਿ ਸਕਦਾ ਵੀ ਹਰ ਪਰਿਵਾਰ 'ਚ ਇੱਕ ਨਾ ਨਾ ਮਰੀਜ਼ ਹੁੰਦਾ ਹੀ ਆਪਣੇ ਉਹ ਹੈ ਸ਼ੂਗਰ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ 슈ਗਰ ਤੇ ਮੈਂ ਕੰਨਾ ਵੀ ਕਰੋੜਾ ਬੰਦਿਆਂ ਨੇ ਉਹ ਨੁਕਸੇ ਨੂੰ ਵਰਤ ਕੇ 슈ਗਰ ਆਪਦਾ ਠੀਕ ਕੀਤਾ ਅੱਗੇ ਉਹ ਦਵਾਈ ਬਣਾ ਬਣਾ ਕੇ ਵੰਡ ਕੇ ਕਰੋੜਾਂ ਲੋਕਾਂ ਨੂੰ ਅੱਗੇ ਠੀਕ ਕੀਤਾ ਬਹੁਤ ਬਹੁਤ ਧੰਨਵਾਦ ਸੋ ਥੋੜੀ ਜੀ ਪ੍ਰੋਬਲਮ ਆਉਂਦੀ ਸੀ ਵੀ ਇਹ ਤਿਆਰ ਕਿਵੇਂ ਕਰਨਾ ਕਿਉਂਕਿ ਉਦੋਂ ਆਪਣਾ ਐਡਾ ਪ੍ਰੋਜੈਕਟ ਨਹੀਂ ਸੀ ਐਡਾ ਸਿਸਟਮ ਨਹੀਂ ਸੀਗਾ ਸਿੰਪਲ ਜੇ ਤੌਰ ਤੇ ਮੈਂ ਵੀਡੀਓ ਪਾਈ ਸੀ ਕਿ ਥੋੜਾ ਜਿਹਾ ਪਰ ਹੁਣ ਥੋੜਾ ਜਿਹਾ ਮੈਂ ਵਿਸਤਾਰ ਪੂਰਨ ਤੁਹਾਨੂੰ ਸ਼ੂਗਰ ਬਾਰੇ ਇਹ ਵੀਡੀਓ ਪਾਉਣ ਲੱਗਿਆ। ਇੱਕ ਤਾਂ ਜਿਹਨਾਂ ਨੂੰ ਇਨਸੂਲਿਨ ਦੇ ਇੰਜੈਕਸ਼ਨ ਲੱਗਦੇ ਆ ਟੀਕੇ ਲੱਗਦੇ ਆ ਤੁੰਨੀ ਚ। ਉਹਨਾਂ ਵਾਸਤੇ ਨੁਕਸਾ ਤੇ ਇੱਕ ਜਿਹਨਾਂ ਨੂੰ ਜਾਦੇ ਹਾਈ ਸ਼ੂਗਰ ਰਹਿੰਦੀ ਆ ਉਹਨਾਂ ਵਾਸਤੇ ਉਹਦੇ ਚ ਕੁਝ ਕੁ ਚੀਜ਼ਾਂ ਹੋਰ ਐਡ ਕਰਕੇ ਨਵੀਂ ਵੀਡੀਓ ਤੁਹਾਡੀ ਚੋਲੀ ਚ ਨਵਾਂ ਨੁਕਸਾ ਤੁਹਾਡੀ ਚੋਲੀ ਚ ਪਾਉਣ ਲੱਗਿਆ। ਸਾਰਿਆਂ ਨਾਲੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਉਹ ਦਵਾਈ ਤੇ ਤੁਸੀਂ ਤਿਆਰ ਕਰਨੀਓ ਕਰਨੀ ਆ। 2 ਕਿਲੋ ਕੌੜਤੁੰਬੇ ਹਰੇ ਲੈ ਲੈਣੇ ਆ ਸੁੱਕੇ ਨਹੀਂ ਲੈਣੇ ਹਰੇ ਲੈ ਕੇ ਉਹਨੂੰ ਜਿਵੇਂ ਆਂਬ ਦਾ achar ਪਾਜੀਦਾ ਹੈ ਉਵੇਂ ਛੋਟੇ-ਛੋਟੇ ਟੁਕੜੇ ਕਰਕੇ ਇੱਕ ਦੇ 4-4 5-5 ਟੁਕੜੇ ਕਰਕੇ ਉਹਨਾਂ ਨੂੰ ਕਿਸੇ ਘੜੇ ਦੇ ਵਿੱਚ ਕਿਸੇ ਬਰਤਨ ਦੇ ਵਿੱਚ ਪਾ ਕੇ ਉਹਦੇ ਵਿੱਚ 50-50 ਗ੍ਰਾਮ ਚੀਜ਼ਾਂ ਪਾਉਣੀਆਂ ਨੇ 50 ਗ੍ਰਾਮ ਕੜੂ 50 ਗ੍ਰਾਮ ਕਾਲੀ ਜੀਰੀ ਚਾਰੇ ਜਵੈਨਾ 100 ਗ੍ਰਾਮ ਚਾਰੇ ਨਮਕ 100 ਗ੍ਰਾਮ ਇਹ ਚੀਜ਼ਾਂ ਪਾ ਕੇ ਰੱਖ ਦਿਓ ਮਹੀਨੇ ਦੋ ਮਹੀਨਿਆਂ ਚ ਸੁੱਕ ਜਾਏਗਾ ਧੁੱਪੇ ਰੱਖ ਦਿਓ ਕੋਠੇ ਦੀ ਛੱਤ ਤੇ ਹਫਤੇ ਬਾਅਦ ਹਿਲਾ ਦਿਆ ਕਰੋ ਤੇ ਬਿਲਕੁਲ ਜਦੋਂ ਸੁੱਕ ਗਿਆ ਫਿਰ ਇਹਨੂੰ ਪੀਸ ਲੋ ਚਮਚੇ ਦਾ ਚੌਥਾ ਹਿੱਸਾ ਸਵੇਰੇ ਚਮਚੇ ਦਾ ਚੌਥਾ ਹਿੱਸਾ ਸ਼ਾਮ ਨੂੰ ਰੋਟੀ ਤੋਂ ਪਹਿਲਾਂ ਖਾਲੀ ਪੇਟ ਗਰਮ ਪਾਣੀ ਨਾਲ ਲੈਣਾ ਹੈ ਜਿਨ੍ਹਾਂ ਨੂੰ ਨੋਰਮਲ ਸ਼ੂਗਰ ਹੈ ਹੁਣ ਜਿਨ੍ਹਾਂ ਨੂੰ ਹਾਈ ਸ਼ੂਗਰ ਰਹਿੰਦੀ ਹੈ ਜਾਂ ਹਟ ਹੀ ਨਹੀਂ ਰਹੀ ਕਈਆਂ ਨੂੰ ਇਹ ਨੁਕਸੇ ਨਾਲ ਵੀ ਕਈ ਵਾਰੀ ਨਹੀਂ ਹਟ ਰਹੀ ਤਾਂ ਉਹਨਾਂ ਵਾਸਤੇ ਹਾਈ ਨੁਕਸਾ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਿਆ ਉਹ ਕੁਝ ਇੱਕ ਚੀਜ਼ਾਂ ਨੇ ਉਹ ਤੁਸੀਂ ਕਾੜਾ ਬਣਾਉਣਾ ਉਹ ਹੈਗੇ ਆ ਜੀ ਗੁੜ ਮਾਰ ਬੂਟੀ 100 ਗ੍ਰਾਮ ਲੈ ਲੋ ਗੋੜ ਮਾਰ ਬੂਟੀ 100 ਗ੍ਰਾਮ ਲੈ ਲਓ ਪਨੀਰ ਡੋਡੀ 100 ਗ੍ਰਾਮ ਲੈ ਲਓ ਕਾਲੀ ਜੀਰੀ 100 ਗ੍ਰਾਮ ਲੈ ਲਓ ਕੜੂ 100 ਗ੍ਰਾਮ ਲੈ ਲਓ ਇਹ ਚਾਰੇ ਚੀਜ਼ਾਂ 100-100 ਗ੍ਰਾਮ ਲੈ ਕੇ ਗੋੜ ਮਾਰ ਪਨੀਰ ਡੋਡੀ ਕਾਲੀ ਜੀਰੀ ਤੇ ਘੁਟਕੀ ਇਹ 100-100 ਗ੍ਰਾਮ ਲੈ ਕੇ ਇਹਨਾਂ ਨੂੰ ਪੀਸ ਕੇ ਮਿਕਸ ਕਰਕੇ ਰੱਖ ਲਓ 4 ਚਮਚੇ ਮਿਕਸ ਕੀਤੇ ਹੋਏ ਪਾਊਡਰ ਦੇ 4 ਗਲਾਸ ਪਾਣੀ ਚ ਰਾਤ ਨੂੰ ਭਿਉਂ ਕੇ ਰੱਖ ਦੋ ਸਵੇਰੇ ਉਬਾਲੋ ਜਦੋਂ ਅੱਧਾ ਰਹਿ ਗਿਆ 2 ਗਲਾਸ ਰਹਿ ਗਏ ਇੱਕ ਗਲਾਸ ਪਾਣੀ ਪੁਣ ਕੇ ਉਹਦੇ ਨਾਲ ਸਵੇਰੇ ਖਾਲੀ ਪੇਟ ਇਹ ਦਵਾਈ ਲੈਣੀ ਹੈ ਕੌੜ ਕੁੰਬੇ ਵਾਲੀ ਚਮਚੇ ਦਾ ਚੌਥਾ ਹਿੱਸਾ ਸ਼ਾਮ ਨੂੰ ਜਿਹੜਾ ਇੱਕ ਗਲਾਸ ਬਚ ਗਿਆ ਕਾੜੇ ਦਾ ਉਹਦੇ ਨਾਲ ਸ਼ਾਮ ਨੂੰ 4-5 ਵਜੇ ਰੋਟੀ ਤੋਂ 2 ਘੰਟੇ ਪਹਿਲਾਂ ਚਮਚੇ ਦਾ ਚੌਥਾ ਹਿੱਸਾ ਫਿਰ ਇਸੇ ਕਾੜੇ ਨਾਲ ਲੈਣਾ ਇਹ ਤੇ ਦੋ ਟਾਈਮ ਖਾਲੀ ਪੇਟ ਤੁਸੀਂ ਕਾੜੇ ਨਾਲ ਇਹ ਦਵਾਈ ਲੈਣੀ ਹੈ ਜਿਨ੍ਹਾਂ ਨੂੰ ਇਨਸੂਲਿਨ ਦੇ ਟੀਕੇ ਲੱਗਦੇ ਐ 5 5 600 100 700 ਸ਼ੂਗਰ ਹੋਈ ਪਈ ਐ ਹਾਈ ਸ਼ੂਗਰ ਐ ਜਿਨ੍ਹਾਂ ਨੂੰ ਤੇ ਨਾਲ ਇੱਕ ਤੁਸੀਂ ਛੋੜੀ ਜੀ ਭਸਮਾ ਸ਼ੁਰੂ ਕਰਨੀਆਂ ਨੇ ਉਹ ਤੁਸੀਂ ਲੈਣੀਆਂ ਨੇ ਪੰਸਾਰੀ ਤੋਂ ਉਹ ਹੈਗਾ ਜੀ ਸਾਰਿਆਂ ਨਾਲੋਂ ਪਹਿਲਾਂ ਲੈਣਾ ਬਸੰਤ ਕੁਸ਼ਮਾਰਕ ਰਸ ਬਸੰਤ ਕੁਸ਼ਮਾਰਕ ਰਸ ਇਹ ਲੈਣਾ ਤੁਸੀਂ 5 ਗ੍ਰਾਮ ਗਲੋਏ ਦਾ ਸਤ ਗਲੋਏ ਸਤ ਇਹ ਲੈਣਾ ਤੁਸੀਂ 50 ਗ੍ਰਾਮ ਮੁਕਤਾ ਸ਼ਕਤੀ ਭਸਮ ਇਹ ਵੀ ਤੁਸੀਂ ਲੈਣੀ ਹੈ 50 ਗ੍ਰਾਮ ਅਬਰਕ ਭਸਮ ਅਬਰਕ ਭਸਮ ਹੈ ਜਿਹੜੀ ਉਹ ਵੀ ਲੈਣੀ ਹੈ ਤੁਸੀਂ 50 ਗ੍ਰਾਮ ਤੇ ਇਸੇ ਤਰ੍ਹਾਂ ਤੁਸੀਂ ਲੈਣੀ ਹੈ ਸਵਰਨ ਮਾਸਿਕ ਭਸਮ ਸਵਰਨ ਮਾਸਿਕ ਭਸਮ ਇਹ ਵੀ ਤੁਸੀਂ ਲੈਣੀ ਹੈ 50 ਗ੍ਰਾਮ ਇਹ ਸਾਰੀਆਂ ਭਸਮਾਂ ਨੂੰ ਲੈ ਕੇ ਤੇ ਇੱਕ ਰਹਿ ਗਈ ਮੋਤੀ ਪਿਸ਼ਟੀ ਮੋਤੀਆਂ ਦੀ ਭਸਮ ਸੱਚੇ ਮੋਤੀਆਂ ਦੀ ਭਸਮ ਇਹ ਵੀ ਤੁਸੀ ਲੈਣੀ ਹੈ 10 ਗ੍ਰਾਮ ਇਹ ਸਾਰੀਆਂ ਭਸਮਾਂ ਨੂੰ ਮਿਕਸ ਕਰ ਲੋ ਖੋਲ ਕੇ ਚਮਚੇ ਦਾ ਚੌਥਾ ਹਿੱਸਾ ਡੰਡੀ ਤੇ ਚੜਾ ਕੇ ਚੁੰਡੀਕ ਇਸੇ ਦਵਾਈ ਨਾਲ ਹੀ ਲੈਣੀ ਹੈ ਸਵੇਰੇ ਸ਼ਾਮ ਖਾਲੀ ਪੇਟ ਚਾਹੇ ਉਹ ਕੜਾ ਜਦੋਂ ਤਿਆਰ ਹੋ ਗਿਆ ਗਲਾਸ ਚ ਪਾ ਲਿਆ ਉਹਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਇਹ ਭਸਮਾ ਮਿਲਾ ਕੇ ਨਾਲੋਂ ਦਵਾਈ ਲੈ ਲਓ ਚਾਹੇ ਦਵਾਈ ਦੇ ਵਿੱਚ ਮਿਲਾ ਲਓ ਹਾਂਜੀ ਚੁੰਡੀ ਚਮਚੇ ਦਾ ਚੌਥਾ ਹਿੱਸਾ ਚੌਥਾਈ ਹਿੱਸਾ ਚਮਚੇ ਦਾ ਏਪਾ ਸਮਾ ਦਾ ਤੇ ਚਮਚੇ ਦਾ ਚੌਥਾ ਹਿੱਸਾ ਹੀ ਕੌੜ ਤੁੰਬੇ ਵਾਲੀ ਦਵਾਈ ਦਾ ਨਾਲ ਉਹ ਕਾੜੇ ਦੇ ਲੈਣਾ ਸਵੇਰੇ ਤੇ ਸ਼ਾਮ ਦੋ ਟਾਈਮ ਰੋਟੀ ਖਾਣ ਤੋਂ ਬਾਅਦ ਇੱਕ ਛੋਟਾ ਜਿਹਾ ਕਾੜਾ ਤਿਆਰ ਕਰਨਾ ਹੈ ਤੁਸੀਂ ਉਹ ਹੈਗਾ ਅਦਰਕ ਲਸਣ ਤੇ ਪਿਆਜ਼ ਜਿਹਨੂੰ ਗੰਢਾ ਕਹਿੰਦੇ ਆ ਤਿੰਨ ਚੀਜ਼ਾਂ ਇਹ ਤਰਬੈਣੀ ਬਣ ਗਈ ਤੇ ਤਰਬੈਣੀ ਜਿੱਥੇ ਆ ਜਾਏ ਉੱਥੇ ਨਾਸ ਹੋ ਜਾਂਦਾ ਰੋਗਾਂ ਦਾ ਹਨਾਂਜੀ ਤੇ ਅਦਰਕ ਲਸਣ ਤੇ ਪਿਆਜ਼ 10 ਗ੍ਰਾਮ ਤਿੰਨੇ ਚੀਜ਼ਾਂ ਲੈ ਕੇ ਇਹਨਾਂ ਨੂੰ ਕੁੱਟ ਲਓ ਮਿਕਸੀ ਦੇ ਵਿੱਚ ਤੇ ਇਹਨਾਂ ਨੂੰ ਗ੍ਰाइंड ਕਰੋ ਜਾਂ ਕੁੰਡੇ 'ਚ ਕੁੱਟ ਲਓ ਚਟਣੀ ਜੀ ਬਣ ਗਈ ਦੋ ਗਲਾਸ ਪਾਣੀ 'ਚ ਪਾ ਕੇ ਉਬਾਲ ਲਓ ਜਦੋਂ ਗਲਾਸਕ ਪਾਣੀ ਰਹਿ ਗਿਆ ਉਹਨੂੰ ਚੰਗੀ ਤਰ੍ਹਾਂ ਕੋਣ ਲਓ ਫੇਰ ਰੋਟੀ ਦੇ ਨਾਲ ਚ ਇੱਕ ਇਸ ਪਾਣੀ ਨੂੰ ਪੀ ਲਓ ਚਾਹ ਰੋਟੀ ਤੋਂ ਘੰਟੇ ਬਾਅਦ ਇੱਕ ਗਲਾਸ ਇਹ ਕਾੜੇ ਦਾ ਸਵੇਰੇ ਇੱਕ ਗਲਾਸ ਸ਼ਾਮ ਨੂੰ ਦੋ ਟਾਈਮ ਇਹ ਕਾੜਾ ਤੁਸੀਂ ਪੀਣ ਲਸਣ ਪਿਆਜ਼ ਅਦਰਕ ਇਹਦਾ ਕੜਾ ਤੁਸੀਂ ਦੋ ਟਾਈਮ ਪੀਣਾ ਸਵੇਰੇ ਤੇ ਸ਼ਾਮ ਤੇ ਮੈਂ ਗਰੰਟੀ ਸ਼ਟਾਮ ਤੇ ਲਿਖ ਕੇ ਦੇਣ ਨੂੰ ਤਿਆਰ ਆ 10 ਲੱਖ ਦਾ ਨਾਮ ਦੇਣ ਨੂੰ ਤਿਆਰ ਆ ਮੇਰੇ ਤੇ ਜਿਹੜੀ ਮਰਜ਼ੀ ਕਾਰਵਾਈ ਕਰ ਦਿਓ ਜੇ ਬੰਦੇ ਦਾ ਸ਼ੂਗਰ ਠੀਕ ਨਾ ਹੋਵੇ ਇਹ ਇਸ ਨੁਕਸੇ ਨਾਲ ਇਸ ਤਰ੍ਹਾਂ ਵਰਤਨ ਨਾਲ ਮੈਂ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਆ ਸ਼ਟਾਮ ਪੇਪਰ ਤੇ 10 ਲੱਖ ਦਾ ਨਾਮ ਦੇਣ ਨੂੰ ਤਿਆਰ ਆ ਬੰਦਾ 3 ਮਹੀਨੇ ਨੁਕਸਾ ਵਰਤਲੇ ਗਰੰਟੀ ਦੇ ਨਾਲ ਸ਼ੂਗਰ ਉਹਦਾ ਬਿਲਕੁਲ ਠੀਕ ਹੋਏਗਾ ਖੰਡ ਤੇ ਨਮਕ ਦੋ ਚੀਜ਼ਾਂ ਬੰਦ ਕਰਨੀਆਂ ਪੈਣਗੀਆਂ ਇਹਦੇ ਵਿੱਚ ਇਹ ਪ੍ਰੀਜ ਮੈਂ ਗਰੰਟੀ سٹਾਮ ਤੇ ਲਿਖ ਕੇ ਦੇਵਾਂਗਾ ਇਹ ਲੁਕਸਾ ਵਰਤੋ ਗਰੰਟੀ ਨਾਲ ਸ਼ੂਗਰ ਖਤਮ ਨਾ ਹੋਵੇ ਤਾਂ ਮੈਂ ਬੈਠਾ ਜ਼ਿੰਮੇਵਾਰ ਕੋਈ ਮਰਜ਼ੀ ਕਾਰਵਾਈ ਕਰ ਦਿਓ ਠੀਕ ਹੈ ਜੀ ਔਰ ਕਿਸੇ ਨੇ ਦਵਾਈਏ ਬਣੀ ਹੋਈ ਲੈਣੀ ਹੈ ਤਾਂ ਐਤਵਾਰ ਨੂੰ ਅਸੀਂ ਦਵਾਈ ਦਿੰਨੇ ਆ ਤੁਸੀਂ ਲਿਜਾ ਵੀ ਸਕਦੇ ਹੋ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਹੈ ਆਪਣਾ ਤੁਸੀਂ ਇਸ ਨਕਸ਼ੇ ਨੂੰ ਵਰਤੋ ਅੱਗੇ ਦੱਸੋ ਅੱਗੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹਰ ਇੱਕ ਬੰਦੇ ਤੱਕ ਇਹ ਵੀਡੀਓ ਪਹੁੰਚੇ ਹਰ ਇੱਕ ਬੰਦਾ ਇਸ ਚੀਜ਼ ਦਾ ਲਾਭ ਲੈ ਸਕੇ ਤੁਹਾਡਾ ਸਭ ਦਾ ਧੰਨਵਾਦ ਸਭ ਦਾ ਸਾਥ ਸਭ ਦਾ ਸਹਿਯੋਗ ਹੋਵੇ ਤਾਂ ਆਪਾਂ ਸਾਰੇ ਸਮਾਜ ਨੂੰ ਤੰਦਰੁਸਤ ਕਰ ਸਕਦੇ ਹਾਂ ਆਓ ਰਲ ਮਿਲ ਕੇ ਸਾਰੇ ਜਣੇ ਆਪਾਂ ਸਮਾਜ ਨੂੰ ਤੰਦਰੁਸਤ ਕਰੀਏ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ